ਪਦਮ ਸ੍ਰੀ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਜਿਹਨਾਂ ਨੂੰ ਕੋਰੋਨਾ ਵਾਇਰਸ ਦੀ ਸ਼ਿਕਾਇਤ ਹੋਈ ਪਰ ਕਿਉਂ ਨਹੀਂ ਹੋਇਆ ਉਹਨਾਂ ਦਾ ਸਹੀ ਇਲਾਜ, ਆਖਿਰ ਕਿਉਂ ਹਸਪਤਾਲ ਵਿੱਚ ਉਹ ਦੂਜਿਆਂ ਦੀਆਂ ਕਰਦੇ ਰਹੇ ਮਿੰਨਤਾਂ, ਦੇਖੋ ਪਰਿਵਾਰ ਦੇ ਨਾਲ ਉਹਨਾਂ ਦੀ ਕੀ ਹੋਈ ਆਖਰੀ ਗੱਲਬਾਤ। ਸਭ ਤੋਂ ਵਧੀਆ ਟ੍ਰੀਟਮੈਂਟ ਇੱਥੇ ਹੋਣਾ ਵਾ, ਤੁਸੀਂ ਹੋ ਜਾਣਾ ਠੀਕ, ਟੈਨਸ਼ਨ ਨਾ ਲਓ। ਠੀਕ ਹੋ ਜਾਣਾ ਡੈਡੀ ਜੀ, ਨਾ ਟੈਨਸ਼ਨ ਲਵੋ, ਲਵ ਯੂ ਡੈਡੀ ਜੀ, ਤੁਸੀਂ ਠੀਕ ਹੋ ਜਾਣਾ ਵਾ। ਕੋਈ ਗੱਲ ਨੀ, ਮੈਂ ਫੋਨ ਕਰਤਾ, ਸਭ ਟ੍ਰੀਟਮੈਂਟ ਹੋ ਰਿਹਾ ਵਾ। ਕੋਈ ਨੀ, ਤੁਹਾਨੂੰ ਤਾਂ ਦਵਾਈ ਦੇ ਰਿਹਾ ਮੈਨੂੰ। ਕਿਉਂ ਨੀ ਦਵਾਈ ਦੇ ਰਿਹਾ? ਡੈਡੀ ਦੇਣਗੇ ਮੈਡੀਸਨ, ਮੈਂ ਕਿਹਾ ਇਹਨਾਂ ਨੂੰ ਦੇਣਗੇ ਮੈਡੀਸਨ। ਫਿਕਰ ਨਾ ਕਰੋ, ਤੇ ਠੀਕ ਹੋ ਜਾਣਾ ਡੈਡੀ ਜੀ, ਆਪਾਂ ਬਾਹਰ ਡੈਡੀ ਜੀ। ਨਹੀਂ ਮੁਸ਼ਕਿਲ ਮੇਰਾ, ਨਹੀਂ ਡੈਡੀ ਜੀ, ਕੁਛ ਨੀ, ਤੁਹਾਨੂੰ ਹੋਣਾ, ਐਵੇਂ ਨਾ ਦਿਲ ਛੱਡਿਆ ਕਰੋ। ਹੈਲੋ, ਪਾਪਾ ਜੀ ਨਾਲ ਗੱਲ ਕਰੋ। ਹਾਂ ਪੁੱਤਰ, ਪੁੱਤਰ ਫਿਕਰ ਨਾ ਕਰ, ਅਸੀਂ ਠੀਕ ਹੋ ਜਾਣਾ, ਠੀਕ ਹੋ ਕੇ ਕਰੇ ਆਏਗਾ ਤੂੰ। ਨਹੀਂ ਬਸ ਆਖਰੀ ਫਤਿਹ ਆ ਮੇਰੀ। ਨਾ ਨਾ, ਵਾਹਿਗੁਰੂ ਵਾਹਿਗੁਰੂ ਬੋਲ, ਵਾਹਿਗੁਰੂ ਬੋਲ ਪੁੱਤਰ, ਵਾਹਿਗੁਰੂ ਬੋਲ। ਤੇਰਾ ਪ੍ਰੋਗਰਾਮ ਕੋਈ ਸਾਰੇ ਇਕੱਠੇ ਹੋਵਾਂਗੇ, ਫਿਰ ਉਸੇ ਤਰ੍ਹਾਂ ਅਸਾਂ ਖੇਡਾਂਗੇ। ਪ੍ਰੋਪਰ ਇਲਾਜ ਵੀ ਹੋ ਰਿਹਾ? ਹਾਂਜੀ, ਪ੍ਰੋਪਰ ਇਲਾਜ ਨਹੀਂ ਹੋ ਰਿਹਾ? ਪ੍ਰੋਪਰ ਇਲਾਜ ਡੈਡ ਜੀ ਹੋ ਰਿਹਾ, ਕੋਈ ਨੀ, ਮੈਂ ਕਹਿੰਦਾ ਇਹਨਾਂ ਨੂੰ, ਫਿਰ ਮੈਂ ਹੁਣੇ ਫੋਨ ਕਰਦਾ ਡੈਡ ਜੀ, ਮੇਰੇ ਡਾਕਟਰ ਨਾਲ ਗੱਲ ਕਰਾਓ ਇੱਥੇ। ਹਾਂਜੀ ਦੱਸੋ ਡਾਕਟਰ ਸਾਹਿਬ, ਇਹ ਕਹਿ ਰਹੇ ਕਿ ਚਾਰ ਘੰਟੇ ਸੇ ਇਨਕੋ ਕੋਈ ਟ੍ਰੀਟਮੈਂਟ ਨਹੀਂ ਦਿਆ ਆਪਨੇ।
वो मैं बताया ना अभी इंटुबेशन करने लगा। नहीं नहीं वो चार घंटे हो गए आपको यहाँ पर लेके गए ना, चार घंटे से क्यों ट्रीटमेंट क्यों नहीं किया चार घंटे साहब? भाजी आपके सामने ट्रीटमेंट दिया ना, बाद में नई डोज मिलता है ना, वो तो सिस्टर दे दिया अभी। नहीं नहीं ये गलत बाजी आपकी, ये बहुत गलत, आपको पता भी चल गया कि ये पॉजिटिव है तो आपने ट्रीटमेंट क्यों नहीं किया? बाजी वो तो ट्रीटमेंट ऑलरेडी चल रहा है उसका। नहीं अभी यहाँ से आप यहाँ से मूव किया तो तब से ट्रीटमेंट चल रहा है इनका? हाँ मैं बता रही हूँ ना आपको, पहले भी चल रहा है उसका। नहीं पहले तो चल रहा था उसके, जब इस रूम से वहाँ पर शिफ्ट किया तब से कोई ट्रीटमेंट दिया आपने उनको? दे दिया अभी ट्रीटमेंट। वो तो कह रहे कुछ नहीं दिया। तो सिस्टर से पूछ लो अभी आके बापू जी के इलाज करने के लिए, मैं बताया ना आपको इधर नहीं करना बोला, ओटी जाना है बोला। नहीं तो वो तो बोलते ना कि वहाँ पर ओटी पे जाना, लेकिन आपने ट्रीटमेंट तो किया ना। हेलो लाइन पे रहना। हाँ जी हाँ ठीक। हेलो हाँ डेढ़ जी, डेढ़ जी ठीक हो डेढ़ जी? तुम ਸਭ ਤੋਂ ਵਧੀਆ ਟ੍ਰੀਟਮੈਂਟ ਇੱਥੇ ਹੋਣਾ ਵਾ, ਤੁਸੀਂ ਹੋ ਜਾਣਾ ਠੀਕ, ਟੈਨਸ਼ਨ ਨਾ ਲਓ। ਮੈਂ ਮੈਨੂੰ ਨਾ ਰਾਤ ਨੂੰ ਦਵਾਈ ਖੁਦ ਖੁਸ਼ੀ ਕਰ ਲੈਣਗਾ। ਨਹੀਂ ਡੈਡ ਜੀ ਕੁਛ ਨੀ, ਡੈਡ ਜੀ ਤੁਸੀਂ ਨਾ ਇੱਦਾਂ ਕਰੋ, ਤੁਸੀਂ ਠੀਕ ਹੋ ਜਾਣਾ ਵਾ ਡੈਡ ਜੀ, ਤੁਸੀਂ ਠੀਕ ਹੋ ਕੇ ਆਉਣਾ ਵਾ। ਹੈਲੋ ਡੈਡ ਜੀ ਲਵ ਯੂ, ਡੈਡ ਜੀ ਤੁਸੀਂ ਠੀਕ ਹੋ ਜਾਣਾ, ਡੈਡ ਜੀ ਨਾ ਟੈਨਸ਼ਨ ਲਵੋ, ਲਵ ਯੂ ਡੈਡ ਜੀ ਤੁਸੀਂ ਠੀਕ ਹੋ ਜਾਣਾ ਵਾ। ਦਵਾਈ ਨੀ ਮਿਲ ਰਹੀ ਪ੍ਰੋਪਰ, ਬਿਲਕੁਲ ਚਾਰ ਘੰਟੇ ਹੋ ਗਏ ਹੁਣ ਤੱਕ। ਡੇਢ ਜੀ ਠੀਕ ਹੋ ਰਹੇ ਡੇਢ ਜੀ? ਤੁਸੀਂ ਬੋਪਰੇ ਨਾਲ ਗੱਲ ਕੀਤੀ? ਕੀਤੀ ਡੇਢ ਜੀ ਬੋਪਰੇ ਨਾਲ ਗੱਲ ਕਹਿੰਦੇ, ਕੋਈ ਗੱਲ ਨਹੀਂ ਮੈਂ ਫੋਨ ਕਰਤਾ, ਸਭ ਟ੍ਰੀਟਮੈਂਟ ਤੇ ਹੋ ਰਿਹਾ ਵਾ। ਕੋਈ ਨਹੀਂ ਤੁਹਾਨੂੰ ਦਵਾਈ ਦੇ ਤੇ, ਕੋਈ ਨਹੀਂ ਦੇ ਰਿਹਾ ਮੈਨੂੰ। ਕਿਉਂ ਨਹੀਂ ਦਵਾਈ ਦੇ ਰਿਹਾ? ਕਿਉਂਕਿ ਚਾਰ ਘੰਟੇ ਦਾ ਅੰਦਰ ਆਇਆ ਕੋਈ ਡੇਢ ਜੀ ਹੋ ਜਾਣਾ ਸਹੀ ਡੇਢ ਜੀ, ਤੁਸੀਂ ਨਾ ਟੈਨਸ਼ਨ ਲਓ, ਸਹੀ ਹੋ ਜਾਣਾ ਵਾ। ਟ੍ਰੀਟਮੈਂਟ ਸ਼ੁਰੂ ਕਰੋ ਕਹਿੰਦੇ, ਉਸ ਤੋਂ ਬਾਅਦ ਮਿਲ ਦੇਵਾਂਗੇ ਅਸੀਂ, ਏਦਾਂ ਨੀ ਮਿਲ ਲੈਣਾ ਅਜੇ। ਹੈਲੋ ਹਾਂਜੀ ਡੇਢ ਜੀ, ਤੁਸੀਂ ਫਿਕਰ ਨਾ ਕਰੋ, ਤੁਸੀਂ ਠੀਕ ਹੋ ਜਾਣਾ ਡੇਢ ਜੀ, ਲਵ ਯੂ, ਆਪਾਂ ਤੁਹਾਡੀ ਵੇਟ ਕਰ ਰਹੇ ਬਾਹਰ ਡੇਢ ਜੀ। ਨਹੀਂ ਮੁਸ਼ਕਿਲ ਆ ਮੇਰਾ। ਨਹੀਂ ਡੇਢ ਜੀ ਕੁਛ ਨੀ, ਤੁਹਾਨੂੰ ਹੁਣ ਐਵੇਂ ਨਾ ਦਿਲ ਛੱਡਿਆ ਕਰੋ। ਹੈਲੋ ਪਾਪਾ ਜੀ ਨਾਲ ਗੱਲ ਕਰੋ। ਹਾਂ ਪੁੱਤਰ, ਪੁੱਤਰ ਫਿਕਰ ਨਾ ਕਰ, ਸਾਰੇ ਕੱਠੇ ਹੋਵਾਂਗੇ ਫੇਰ ਉਸੇ ਤਰ੍ਹਾਂ ਅਸਾਂ ਖੇਡਾਂਗੇ। ਪ੍ਰੋਪਰ ਇਲਾਜ ਨਹੀਂ ਹੋ ਰਿਹਾ? ਹਾਂਜੀ ਪ੍ਰੋਪਰ ਇਲਾਜ ਨਹੀਂ ਹੋ ਰਿਹਾ, ਪ੍ਰੋਪਰ ਇਲਾਜ ਡੇਢ ਜੀ ਹੋ ਰਿਹਾ, ਕੋਈ ਨੀ ਮੈਂ ਕਹਿੰਦਾ ਇਹਨਾਂ ਨੂੰ, ਫਿਰ ਮੈਂ ਹੁਣੇ ਫੋਨ ਕਰਦਾ ਡੇਢ ਜੀ।
ਮੇਰੇ ਡਾਕਟਰ ਨਾਲ ਗੱਲ ਕਰਾਓ ਇੱਥੇ। ਹਾਂਜੀ ਦੱਸੋ ਡਾਕਟਰ ਸਾਹਿਬ, ਜੇ ਕਹਿ ਰਹੇ ਕਿ 4 ਘੰਟੇ ਸੇ ਇਨਕੋ ਕੋਈ ਟ੍ਰੀਟਮੈਂਟ ਨਹੀਂ ਦਿਆ ਆਪਨੇ। ਵੋ ਮੈਂ ਬਤਾਇਆ ਨਾ ਅਭੀ ਇੰਟੂਬੇਸ਼ਨ ਕਰਨੇ ਲੱਗਾ। ਨਹੀਂ ਨਹੀਂ, ਬਹੁਤ 4 ਘੰਟੇ ਹੋ ਗਏ ਆਪਕੋ ਯਹਾਂ ਪਰ ਲੈ ਕੇ ਗਏ ਨਾ, 4 ਘੰਟੇ ਸੇ ਕਿਉਂ ਟ੍ਰੀਟਮੈਂਟ ਕਿਉਂ ਨਹੀਂ ਕੀਆ 4 ਘੰਟੇ ਸਾਹਿਬ? ਭਾਜੀ ਆਪਕੇ ਸਾਹਮਣੇ ਟ੍ਰੀਟਮੈਂਟ ਦਿਆ ਨਾ, ਬਾਅਦ ਮੈਂ ਨਾਈਟ ਡੋਸ ਮਿਲਤਾ ਹੈ ਨਾ, ਵੋ ਤੋ ਸਿਸਟਰ ਦੇ ਦਿਆ ਅਭੀ। ਨਹੀਂ ਨਹੀਂ, ਯੇ ਗਲਤ ਬਾਤ ਜੀ ਆਪਕੀ, ਯੇ ਬਹੁਤ ਗਲਤ। ਆਪਕੋ ਪਤਾ ਵੀ ਚਲ ਗਿਆ ਕਿ ਯੇ ਪੋਜ਼ਿਟਿਵ ਹੈ ਤੋ ਆਪਨੇ ਟ੍ਰੀਟਮੈਂਟ ਕਿਉਂ ਨਹੀਂ ਕੀਆ? ਭਾਜੀ ਵੋ ਤੋ ਟ੍ਰੀਟਮੈਂਟ ਆਲਰੇਡੀ ਚੱਲ ਰਿਹਾ ਹੈ ਉਸਕਾ। ਨਹੀਂ ਅਭੀ ਯਹਾਂ ਸੇ ਆਪ ਯਹਾਂ ਸੇ ਮੂਵ ਕੀਆ ਤੋ ਤਬ ਸੇ ਟ੍ਰੀਟਮੈਂਟ ਚੱਲ ਰਿਹਾ ਹੈ ਇਨਕਾ? ਹਾਂ ਮੈਂ ਬਤਾ ਰਹੀ ਹੂੰ ਨਾ ਆਪਕੋ, ਪਹਿਲੇ ਵੀ ਚੱਲ ਰਿਹਾ ਉਸਕਾ। ਨਹੀਂ ਪਹਿਲੇ ਤੋ ਚੱਲ ਰਿਹਾ ਥਾ ਉਸਕੇ, ਜਬ ਇਸ ਰੂਮ ਸੇ ਵਹਾਂ ਪਰ ਸ਼ਿਫਟ ਕੀਆ ਤਬ ਸੇ ਕੋਈ ਟ੍ਰੀਟਮੈਂਟ ਦਿਆ ਆਪਨੇ ਉਨਕੋ? ਦੇ ਦਿਆ ਅਭੀ ਟ੍ਰੀਟਮੈਂਟ। ਵੋ ਤੋ ਕਹਿ ਰਹੇ ਕੁਛ ਨਹੀਂ ਦਿਆ। ਪੁੱਛ ਲੋ ਅਭੀ ਆ ਕੇ ਬਾਪੂ ਜੀ ਕੇ ਇਲਾਜ ਕਰਨੇ ਕੇ ਲਈ, ਮੈਂ ਬਤਾਇਆ ਨਾ ਆਪਕੋ ਇਧਰ ਨਹੀਂ ਕਰਨਾ, ਬੋਲਾ ਓਟੀ ਜਾਣਾ ਹੈ ਬੋਲਾ। ਨਹੀਂ ਤੋ ਵੋ ਤੋ ਬੋਲਤੇ ਨਾ ਕਿ ਵਹਾਂ ਪਰ ਓਟੀ ਪੇ ਜਾਣਾ, ਲੇਕਿਨ ਆਪਨੇ ਟ੍ਰੀਟਮੈਂਟ ਤੋ ਕੀਆ ਨਾ। ਹੈਲੋ ਲਾਈਨ ਪੇ ਰਹਿਣਾ। ਹਾਂਜੀ ਹਾਂ ਠੀਕ। ਮਹਿਮਾਨ ਆ ਦਵਾਈ ਤੋਂ ਵੀ ਕੀਤੀ ਉਹਨਾਂ ਨੇ, ਤੁਸੀਂ ਨਾ ਏਦਾਂ ਕਰੋ, ਤੁਸੀਂ ਠੀਕ ਹੋ ਜਾਣਾ ਵਾ ਡੈਡੀ, ਤੁਸੀਂ ਠੀਕ ਹੋ ਕੇ ਆਉਣਾ ਵਾ। ਹੈਲੋ ਡੈਡੀ ਜੀ, ਲਵ ਯੂ ਡੈਡੀ ਜੀ, ਤੁਸੀਂ ਠੀਕ ਹੋ ਜਾਣਾ ਡੈਡੀ ਜੀ, ਨਾ ਟੈਨਸ਼ਨ ਲਵੋ, ਲਵ ਯੂ ਡੈਡੀ ਜੀ, ਤੁਸੀਂ ਠੀਕ ਹੋ ਜਾਣਾ ਵਾ। ਦਵਾਈ ਨਹੀਂ ਮਿਲ ਰਹੀ ਪ੍ਰੋਪਰ, ਬਿਲਕੁਲ 4 ਘੰਟੇ ਹੋ ਗਏ ਹੁਣ ਤੱਕ ਨਹੀਂ ਆ ਰਹੀ। ਡੈਡੀ ਜੀ ਠੀਕ ਹੋ ਰਹੇ ਡੈਡੀ ਜੀ? ਤੁਸੀਂ ਬੋਪਰੇ ਨਾਲ ਗੱਲ ਕੀਤੀ? ਕੀਤੀ ਡੈਡੀ ਜੀ, ਬੋਪਰੇ ਨਾਲ ਗੱਲ ਕਹਿੰਦੀ। ਕੋਈ ਗੱਲ ਨਹੀਂ, ਮੈਂ ਫੋਨ ਕਰਤਾ, ਸਭ ਟ੍ਰੀਟਮੈਂਟ ਤੇ ਹੋ ਰਿਹਾ ਵਾ। ਕੋਈ ਨਹੀਂ, ਤੁਹਾਨੂੰ ਦਵਾਈ ਦੇ ਤੇ ਕੋਈ ਨਹੀਂ ਦੇ ਰਿਹਾ ਮੈਨੂੰ। ਕਿਉਂ ਨਹੀਂ ਦਵਾਈ ਦੇ ਰਿਹਾ? ਕਿਉਂਕਿ 4 ਘੰਟੇ ਦਾ ਅੰਦਰ ਆਇਆ ਕੋਈ ਡੈਡੀ ਜੀ, ਹੋ ਜਾਣਾ ਸਹੀ ਡੈਡੀ ਜੀ, ਤੁਸੀਂ ਨਾ ਟੈਨਸ਼ਨ ਲਓ, ਸਹੀ ਹੋ ਜਾਣਾ ਵਾ। ਤੁਹਾਨੂੰ ਮਿਲਣ ਕਿਉਂ ਨਹੀਂ ਮਿਲਦੇ ਮੈਨੂੰ? ਹਾਂਜੀ ਹਾਂਜੀ ਡੈਡੀ, ਦੇਣਗੇ ਮੈਡੀਸਨ, ਮੈਂ ਕਿਹਾ ਇਹਨਾਂ ਨੂੰ ਦੇਣਗੇ ਮੈਡੀਸਨ। ਡੈਡੀ ਅਸੀਂ ਟ੍ਰੀਟਮੈਂਟ ਸ਼ੁਰੂ ਕਰੋ, ਕਹਿੰਦੇ ਉਦੋਂ ਉਸ ਤੋਂ ਬਾਅਦ ਮਿਲ ਦੇਵਾਂਗੇ ਅਸੀਂ, ਇੱਦਾਂ ਨਹੀਂ ਮਿਲ ਲੈਣਾ ਅਜੇ। ਹੈਲੋ ਹਾਂਜੀ ਡੈਡੀ, ਤੁਸੀਂ ਫਿਕਰ ਨਾ ਕਰੋ, ਤੁਸੀਂ ਠੀਕ ਹੋ ਜਾਣਾ ਡੈਡੀ ਜੀ, ਲਵ ਯੂ, ਆਪਾਂ ਤੁਹਾਡੀ ਵੇਟ ਕਰ ਰਹੇ ਬਾਹਰ ਡੈਡੀ ਜੀ। ਨਹੀਂ ਮੁਸ਼ਕਿਲ ਆ ਮੇਰਾ। ਨਹੀਂ ਡੈਡੀ ਜੀ ਕੁਛ ਨੀ, ਤੁਹਾਨੂੰ ਹੁਣ ਐਵੇਂ ਨਾ ਦਿਲ ਛੱਡਿਆ ਕਰੋ। ਹੈਲੋ ਪਾਪਾ ਜੀ ਨਾਲ ਗੱਲ ਕਰੋ। ਹਾਂ ਪੁੱਤਰ, ਪੁੱਤਰ ਫਿਕਰ ਨਾ ਕਰ, ਪਾਪਾ ਠੀਕ ਹੋ ਜਾਣਾ, ਪਾਪਾ ਅਸੀਂ ਤੇਰੇ ਨਾਲ ਆ, ਪੁੱਤੋ ਠੀਕ ਹੋ ਜਾਣਾ, ਠੀਕ ਹੋ ਕੇ ਲੋਟੇ ਆ, ਸਾਰੇ ਤੁਹਾਡੀ ਵੇਟ ਕਰ ਰਹੇ ਆ, ਠੀਕ ਹੋ ਕੇ ਕਰੇ ਆਏਗਾ ਤੂੰ। ਨਹੀਂ ਬਸ ਆਖਰੀ ਫਤਿਹ ਆ ਮੇਰੀ। ਨਾ ਨਾ ਵਾਹਿਗੁਰੂ ਵਾਹਿਗੁਰੂ ਬੋਲ, ਵਾਹਿਗੁਰੂ ਬੋਲ, ਵਾਹਿਗੁਰੂ ਬੋਲ, ਸਾਰੇ ਇਕੱਠੇ ਹੋਵਾਂਗੇ ਫਿਰ ਉਸੇ ਤਰ੍ਹਾਂ ਹੀ ਅਸਾਂ ਖੇਡਾਂਗੇ। ਜਿਹਨੂੰ ਵਾਹਿਗੁਰੂ ਪ੍ਰੋਪਰ ਇਲਾਜ ਨਹੀਂ ਹੋ ਰਿਹਾ,
ਹਾਂਜੀ ਪ੍ਰੋਪਰ ਇਲਾਜ ਨਹੀਂ ਹੋ ਰਿਹਾ ਹੋ ਰਿਹਾ ਕੋਈ ਨੀ ਮੈਂ ਕਹਿੰਦਾ ਇਹਨਾਂ ਨੂੰ ਫਿਰ ਮੈਂ ਹੁਣੇ ਫੋਨ ਕਰਦਾ ਡੇਢ ਜੀ ਮੇਰੇ ਡਾਕਟਰ ਨਾਲ ਗੱਲ ਕਰਾਓ ਇੱਥੇ ਹਾਂਜੀ ਦੱਸੋ ਡਾਕਟਰ ਸਾਹਿਬ ਜੇ ਕਹਿ ਰਹੇ ਕਿ ਚਾਰ ਘੰਟੇ ਸੇ ਇਨਕੋ ਕੋਈ ਟ੍ਰੀਟਮੈਂਟ ਨਹੀਂ ਦਿਆ ਆਪਨੇ ਉਹ ਮੈਂ ਬਤਾਇਆ ਨਾ ਅਭੀ ਇੰਟੂਬੇਸ਼ਨ ਕਰਨੇ ਲੱਗਾ ਨਹੀਂ ਨਹੀਂ ਬਹੁਤ ਚਾਰ ਘੰਟੇ ਹੋ ਗਏ ਆਪਕੋ ਯਹਾਂ ਪਰ ਲੈ ਕੇ ਗਏ ਨਾ ਚਾਰ ਘੰਟੇ ਸੇ ਕਿਉਂ ਟ੍ਰੀਟਮੈਂਟ ਕਿਉਂ ਨਹੀਂ ਕੀਤਾ ਚਾਰ ਘੰਟੇ ਸਾਹਿਬ ਭਾਜੀ ਆਪਕੇ ਸਾਹਮਣੇ ਟ੍ਰੀਟਮੈਂਟ ਦੇ ਨਾ ਬਾਅਦ ਮੈਂ ਨਾਈਟ ਡੋਸ ਮਿਲਤਾ ਹੈ ਨਾ ਉਹ ਤੋਂ ਸਿਸਟਰ ਦੇ ਦਿਆ ਅਭੀ ਨਹੀਂ ਨਹੀਂ ਜੀ ਗਲਤ ਬਾਤ ਜੀ ਆਪਕੀ ਜੀ ਬਹੁਤ ਗਲਤ ਆਪਕੋ ਪਤਾ ਵੀ ਚੱਲ ਗਿਆ ਕਿ ਜੀ ਪੋਜ਼ਿਟਿਵ ਹੈ ਤਾਂ ਆਪਨੇ ਟ੍ਰੀਟਮੈਂਟ ਕਿਉਂ ਨਹੀਂ ਕੀਤਾ ਭਾਜੀ ਉਹ ਤਾਂ ਟ੍ਰੀਟਮੈਂਟ ਆਲਰੇਡੀ ਚੱਲ ਰਿਹਾ ਉਸਕਾ ਅਭੀ ਯਹਾਂ ਸੇ ਆਪ ਯਹਾਂ ਸੇ ਮੂਵ ਕੀਆ ਤੋ ਤਬ ਸੇ ਟ੍ਰੀਟਮੈਂਟ ਚੱਲ ਰਹਾ ਹੈ ਇਨਕਾ ਹਾਂ ਮੈਂ ਬਤਾ ਰਹੀ ਹੂੰ ਨਾ ਆਪਕੋ ਪਹਿਲੇ ਵੀ ਚੱਲ ਰਿਹਾ ਉਸਕਾ ਨਹੀਂ ਪਹਿਲੇ ਤੋਂ ਚੱਲ ਰਿਹਾ ਥਾ ਉਸਕੇ ਜਬ ਇਸ ਰੂਮ ਸੇ ਵਹਾਂ ਪਰ ਸ਼ਿਫਟ ਕੀਆ ਤਬ ਸੇ ਕੋਈ ਟ੍ਰੀਟਮੈਂਟ ਦਿਆ ਆਪਨੇ ਉਨਕੋ ਦੇ ਦਿਆ ਅਭੀ ਟ੍ਰੀਟਮੈਂਟ ਵੋ ਤੋ ਕਹਿ ਰਹੇ ਕੁਛ ਨਹੀਂ ਦਿਆ ਬਾਪੂ ਜੀ ਕੇ ਇਲਾਜ ਕਰਨੇ ਕੇ ਲਿਏ ਮੈਂ ਬਤਾਇਆ ਨਾ ਆਪਕੋ ਇਧਰ ਨਹੀਂ ਕਰਨਾ ਬੋਲਾ ਓਟੀ ਜਾਣਾ ਬੋਲਾ ਨਹੀਂ ਤੋ ਵੋ ਤੋ ਬੋਲਤੇ ਨਾ ਕਿ ਵਹਾਂ ਪਰ ਓਟੀ ਪੇ ਜਾਣਾ ਲੇਕਿਨ ਆਪਨੇ ਟ੍ਰੀਟਮੈਂਟ ਕੋ ਕੀਆ ਨਾ ਹੈਲੋ ਲਾਈਨ ਪੇ ਰਹਿਣਾ ਹਾਂਜੀ ਹਾਂ ਠੀਕ ਹਲੋ ਬਾਤ ਕਰੋ ਵਰਲਡ ਫੋਰ ਬੇਟੀ ਹਾਂ ਡੇਢ ਜੀ ਠੀਕ ਹੋ ਰਹੇ ਡੇਢ ਜੀ ਤੁਸੀਂ ਤੁਸੀਂ ਕਿੱਥੇ ਹੋ ਸਭ ਤੋਂ ਵਧੀਆ ਟ੍ਰੀਟਮੈਂਟ ਇੱਥੇ ਹੋਣਾ ਵਾ ਤੁਸੀਂ ਹੋ ਜਾਣਾ ਠੀਕ ਟੈਨਸ਼ਨ ਨਾ ਲਓ ਮੈਂ ਤਾਂ ਮੈਨੂੰ ਨਾ ਰਾਤ ਨੂੰ ਦਵਾਈ ਮੈਂ ਖੁਦ ਕੁਛੀ ਕਰ ਲਵਾਂਗਾ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।